ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਹਾਏ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੋਫਰ ਵਾਲੇ ਚੈਨਲ ਦੇ ਵਿੱਚ। ਮੈਂ ਤੁਹਾਡਾ ਆਪਣਾ ਦੀਪਕ ਸਿੰਘ ਮੋਫਰ ਵਾਲੇ। ਸਾਡੇ ਸਕਰੀਨ 'ਤੇ ਨੰਬਰ ਵੀ ਫਲੈਸ਼ ਹੋ ਰਹੇ ਨੇ, ਕੋਈ ਵੀ ਕਿਸੇ ਵੀ ਪ੍ਰਕਾਰ ਦਾ ਸਵਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਫਿਰ ਇਸ ਨੰਬਰ 'ਤੇ ਵਟਸਐਪ ਕਰਕੇ ਜਾਂ ਅਰਜੈਂਟਲੀ ਜੇ ਕੋਈ ਬਾਹਲਾ ਜ਼ਰੂਰੀ ਹੋਵੇ ਤਾਂ ਕਾਲ ਵੀ ਕਰ ਸਕਦੇ ਹੋ। ਕਾਲ ਕਰਕੇ ਵੈਸੇ ਕਾਲ ਬਹੁਤ ਘੱਟ ਚੱਕਦੇ ਨੰਬਰ 'ਤੇ ਸੀ, ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਹੋ। ਵੀਡੀਓ ਲਾਈਕ ਅਤੇ ਸ਼ੇਅਰ ਕਰ ਦਿਓ, ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ, ਕਿਉਂਕਿ ਇਹੋ ਜਿਹੀ ਵੀਡੀਓ ਅਸੀਂ ਹਰਮੋਨੀ ਸਿੱਖਣ ਦੀਆਂ ਲੈ ਕੇ ਆਉਂਦੇ ਰਹਿੰਦੇ ਹਾਂ, ਜੋ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੇ ਧਾਰਨਾ ਜਾਂ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਆਪਾਂ ਧਾਰਨਾ ਸਿੱਖਣੀ ਹੈ। ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਰੱਬੀ ਰੂਪ ਮਹਾਰਾਜ ਔਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੀ ਸ਼ਾਨ ਧਾਰਨਾ ਅਤੇ ਮੰਗਲਾਚਰਨ ਕਿਵੇਂ ਪੜ੍ਹੀ ਦਾ ਜਾਂ ਇੱਦਾਂ ਦੀਆਂ ਵੀਡੀਓ ਅਸੀਂ ਲਿੰਕ ਡਿਸਕ੍ਰਿਪਸ਼ਨ ਇੱਥੋਂ ਤੀਰ ਦਾ ਨਿਸ਼ਾਨ ਹੁੰਦਾ ਉੱਥੋਂ ਖੋਲ੍ਹ ਕੇ ਡਿਸਕ੍ਰਿਪਸ਼ਨ ਉਹਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣੇ ਆ, ਉੱਪਰ ਉਹਨਾਂ ਦੀ ਡਿਸਕ੍ਰਿਪਸ਼ਨ ਲਿਖੀ ਹੋਈ ਹੈ ਔਰ ਉੱਥੋਂ ਤੁਸੀਂ ਖੋਲ੍ਹ ਕੇ ਉਹ ਵੀਡੀਓ ਵੇਖ ਸਕਦੇ ਹੋ। ਆਓ ਜੀ ਜੇਕਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਸ ਪ੍ਰਕਾਰ ਨਾਲ ਧਾਰਨਾ ਪੜ੍ਹਦੇ ਸਨ, ਕੋਸ਼ਿਸ਼ ਕਰ ਸਕਦੇ ਹੋ ਉਹਨਾਂ ਦੀ। ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਧਾਰਨਾ ਦੀ, ਉਹ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਉੱਥੋਂ ਖੋਲ੍ਹ ਕੇ ਵੇਖ ਸਕਦੇ ਜਾਂ ਫਿਰ ਨੀਚੋਂ ਸਾਡਾ ਪੂਰਾ ਚੈਨਲ ਖੋਲ੍ਹ ਕੇ ਮੁਫਤ ਵਾਲੇ ਔਰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਉੱਥੇ ਇੱਕ ਚੀਜ਼ ਲਿਖੀ ਹੁੰਦੀ ਹੈ ਕਿ ਆਲ ਨੋਟੀਫਿਕੇਸ਼ਨ, ਉਹ 'ਤੇ ਓਕੇ ਕਰਨ ਆਪਾਂ ਫਿਰ ਨੋਟੀਫਿਕੇਸ਼ਨ ਮਿਲਣੀ ਆ 2019 ਦੀ ਨਿਊ ਅਪਡੇਟ। ਆਓ ਕੋਸ਼ਿਸ਼ ਕਰ ਸਕਦੇ ਹਾਂ ਕਿ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਵਰਗਾ ਹਾਰਮੋਨੀਅਮ ਨਾ ਤਾਂ ਕੋਈ ਵਜਾ ਸਕਿਆ ਨਾ ਕਿਸੇ ਨੇ ਵਜਾ ਹੋਣਾ ਕਿਸੇ ਤੋਂ। ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਉਹਨਾਂ ਵਾਂਗ ਕਰਨਾ ਸਿਖਾਉਣ ਲਈ, ਜਿੰਨਾ ਕਿ ਗੁਰੂ ਦਾ ਮੈਨੂੰ ਗਿਆਨ ਅਕਸਰ ਤੁਹਾਡੇ ਨਾਲ ਸਾਂਝਾ ਕਰ ਸਕਦਾ ਸਿਖਾਉਣ ਵਾਲਾ ਮੈਂ ਕਹਾਂ। ਆਓ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਧਾਰਨਾ ਹੈ ਜੀ ਦਾਨਾ ਬੀਨਾ, ਦਾਨਾ ਬੀਨਾ, ਦਾਨਾ ਬੀਨਾ ਜੀ ਤੂੰ ਦਰੀਆਓ ਮੇਰਾ ਦਾਨਾ ਬੀਨਾ ਜੀ। ਪਰਮਾਤਮਾ ਦੇ ਰੰਗ ਦੇ ਵਿੱਚ ਭਿੱਜੀ ਹੋਈ ਧਾਰਨਾ ਹੈ। ਆਓ ਸਟਾਰਟ ਕਰਦੇ ਹਾਂ, ਕਿੱਦਾਂ ਪਹਿਲਾਂ ਮੰਗਲਾਚਰਨ ਪੜ੍ਹ ਕੇ ਸਟਾਰਟ ਕਰਦੇ ਹਾਂ। ਸੁਣਾ ਦੇਖ ਲਈਏ ਕਿਹੜੀਆਂ ਕਿਹੜੀਆਂ ਪਹਿਲਾਂ ਸਟਾਰਟਿੰਗ ਦੇ ਵਿੱਚ ਕਿਹੜੀਆਂ ਸੁਣਾ, ਇਹ ਇੱਥੋਂ ਭੈਰਵੀ ਰਾਗ ਬਣਨਾ ਇੱਥੋਂ ਟੱਚ ਦੇਣਾ, ਇਹ ਕਿਹ ਸੁਰ ਨੂੰ ਲੱਭਣਾ ਔਰ ਇਹਨਾਂ ਤਿੰਨਾਂ ਨੂੰ ਇੱਕੋ ਅਲੱਗ ਦਿੱਖੇ ਲਿਜਾਣਾ ਜੋ ਮੇਨ ਸੁਰ ਵਜਾਉਂਦੇ ਨੇ। ਦੇਖੋ ਜੀ ਇਹਨੂੰ ਦੱਬ ਕੇ ਰੱਖਣਾ, ਇਹਨਾਂ ਤਿੰਨਾਂ ਨੂੰ ਇੱਕੋ ਅਲੱਗ ਵਜਾਉਣਾ, ਏਦਾਂ ਇਹਨੂੰ ਦੱਬ ਕੇ ਰੱਖਣਾ। ਬਲਿਹਾਰੀ ਗੁਰ ਆਪਣੇ, ਦੇਖੋ ਕੋਈ ਵੀ ਕਿਸੇ ਪ੍ਰਕਾਰ ਦੀ ਸੁਰ ਜਿੱਦਾਂ ਹੱਥ ਆਪਣਾ ਚੱਲਦਾ ਇਹਦਾ ਸਿੰਪਲ ਜਿਹਾ ਪੀਸ ਮਹਾਰਾਜ ਹੁੰਦੇ। ਜੋਹਾੜੀ ਸਦਵਾਰ ਜਨਮਾਨ ਇਸਤੇ ਦੇਵਤੇ ਕੀਏ, ਉਸ ਤੋਂ ਬਾਅਦ ਇੱਥੇ ਆ ਜਾਣਾ ਜਨਮਾਨ ਇਸਤੇ ਦੇਵਤੇ ਕੀਏ, ਇਹ ਸੁਰ ਨਾਲ ਇਹਦਾ ਟੱਚ ਦੇਣਾ। ਅੰਗੂਠੇ ਨਾਲ ਇੱਧਰੋਂ ਟੱਚ ਦੇ ਰਹੇ ਇਹਦਾ ਇੱਦਾਂ, ਇਹਨਾਂ ਦੋਨੋਂ ਦੱਬ ਕੇ ਰੱਖਣਾ। ਕਰਤ ਨਾ ਲਾਗੀ ਵਾਰ ਫੇਰ ਉੱਥੀ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਆ, ਇੱਤੇ ਚਾਨਣ ਹੁੰਦੇ ਆ ਭਾਈ ਗੁਰਵਿੰਦ ਕੌਰ ਨਾਰ। ਦਾਨਾ ਬੀਨਾ, ਦਾਨਾ ਬੀਨਾ, ਦਾਨਾ ਬੀਨਾ ਜੀ ਤੂੰ ਦਰਿਆਓ ਮੇਰਾ ਦਾਨਾ ਬੀਨਾ ਜੀ। ਦੇਖੋ ਹੁਣ ਬਿਲਕੁਲ ਹੌਲੀ ਦੱਸ ਰਿਹਾ, ਇੱਥੋਂ ਧਾਰਨਾ ਸਟਾਰਟ। ਦਾਨਾ ਬੀਨਾ, ਦਾਨਾ ਬੀਨਾ, ਦਾਨਾ ਦੇਖੋ ਜੀ ਦਾਨਾ ਦਾਨਾ ਬੀਨਾ, ਦਾਨਾ ਬੀਨਾ ਜੀ ਤੂੰ ਦਰਿਆ ਮੇਰਾ ਦਾਨਾ ਬੀਨਾ ਜੀ। ਆਹ ਸੁਰ ਬਹੁਤ ਘੱਟ ਯੂਜ ਹੋ ਰਹੀ ਹੈ, ਬਹੁਤ ਘੱਟ ਵਰਤ ਰਹੇ ਨੇ ਮਹਾਰਾਜ ਤਿੰਨ ਸੁਰਾਂ ਦੇ ਉੱਪਰ। ਦਾਨਾ ਬੀਨਾ, ਦਾਨਾ ਬੀਨਾ, ਦਾਨਾ ਬੀਨਾ ਜੀ ਤੂੰ ਦਰਿਆਓ ਮੇਰਾ
ਪਰ ਇਹਦਾ ਕੱਚ ਦੇਣਾ ਵਿੱਚ ਸੁੰਦਰ ਲੱਗਦਾ। ਇੱਥੋਂ ਸਾ ਚੇਂਜ ਕਰਦੇ ਨੇ, ਪਹਿਲਾਂ ਇੱਥੋਂ ਗਾ ਰਹੇ ਸੀ, ਇੱਥੋਂ ਕਿਹੜੀਆਂ ਸੁਰਾਂ ਕੰਮ ਫਿਰ ਫਿਰ ਉਹੀ ਧਾਰਨਾ। ਦਾਨਾ ਬਿਨਾ ਦਾਨਾ ਬਿਨਾ ਦਾਨਾ ਬਿਨਾ ਜੀ, ਇਹਦੇ ਨਾਲ ਇਹ ਸੁਣਦੇ ਤੂੰ ਦਰਿਆਓ ਮੇਰਾ ਦਾਨਾ ਬਿਨਾ ਜੀ, ਦਾਨਾ ਬਿਨਾ ਦਾਨਾ ਬਿਨਾ ਦਾਨਾ ਬਿਨਾ ਜੀ, ਤੂੰ ਦਰਿਆਓ ਮੇਰਾ ਦਾਨਾ ਬਿਨਾ ਜੀ। ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਧਾਰਨਾ ਵੀ ਨਿਕਲੀ, ਦੋ ਕੰਮ ਇੱਕ ਵੀਡੀਓ ਵਿੱਚ ਹੋ ਗਏ। ਦਾਨਾ ਬਿਨਾ ਦਾਨਾ ਬਿਨਾ ਦਾਨਾ ਬਿਨਾ ਜੀ, ਤੂੰ ਦਰਿਆਓ ਮੇਰਾ ਦਾਨਾ ਬਿਨਾ ਜੀ, ਦਾਨਾ ਬਿਨਾ ਦਾਨਾ ਬਿਨਾ ਦਾਨਾ ਬਿਨਾ ਜੀ, ਤੂੰ ਦਰਿਆਓ ਮੇਰਾ ਦਾਨਾ ਬਿਨਾ ਜੀ। ਖਾਲੀ ਸੁਰਾਂ ਦੇਖਿਓ, ਇੱਥੋਂ ਇਹ ਸੁਰਾ ਗਾਨਾ ਬਿਨਾ
ਦਾ ਸੰਤ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਰਾਜ ਉਹਨਾਂ ਵਰਗਾ ਹਾਰਮੋਨੀਅਮ ਤੇ ਨਹੀਂ ਵਜਾ ਸਕਦੇ, ਪਰ ਉਹਨਾਂ ਦੀ ਧਾਰਾਂ ਦੱਸਣ ਦੀ ਕੋਸ਼ਿਸ਼ ਹੀ ਕੀਤੀ ਆ। ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਔਰ ਸੰਤਾਂ ਦੇ ਪਿਆਰ ਵਾਲਿਆਂ ਨਾਲ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ, ਵੱਧ ਤੋਂ ਵੱਧ ਵਟਸਐਪ ਤੇ ਫੇਸਬੁੱਕ ਤੇ ਜਿੱਥੇ ਵੀ ਹੋ ਸਕਦੀ ਆ, ਕਿਉਂਕਿ ਬੜੀ ਪਿਆਰ ਵਾਲੀ ਧਾਰਨਾ ਜਿਹਨੇ ਇੱਕ ਵਾਰ ਸੁਣ ਲਈ ਉਹ ਤੇ ਸੰਤ ਈਸ਼ਵਰ ਸਿੰਘ ਜੀ ਮਹਾਰਾਜ ਜੀ ਉਹਨਾਂ ਦਾ ਦੀਵਾਨਾ ਹੋ ਜਾਂਦਾ। ਮੈਂ ਵੀ ਪਹਿਲਾਂ ਕਦੇ ਸੁਣੀ, ਜਦੋਂ ਦੀ ਇਹ ਧਾਰਨਾ ਸੁਣੀ ਆ ਤੇ ਇੱਦਾਂ ਚੰਗੀ ਲੱਗਦੀ ਆ ਮਨ ਨੂੰ, ਕੋਸ਼ਿਸ਼ ਕਰਦਾ ਮੈਂ ਹਰ ਇੱਕ ਦੀਵਾਨ 'ਚ, ਜਦੋਂ ਆਪ ਵੀ ਕੀਰਤਨ ਕਰਦੇ ਹਾਂ ਹਰ ਇੱਕ ਦੀਵਾਨ 'ਚ ਇਹ ਧਾਰਨਾ ਅਸੀਂ ਪੜ੍ਹਦੇ ਹੀ ਪੜ੍ਹਦੇ। ਸੋ ਪਿਆਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ, ਕੋਈ ਵੀ ਸਵਾਲ ਕਮੈਂਟ ਬਾਕਸ ਦੇ ਵਿੱਚ, ਜਾਂ ਫਿਰ ਇਹ ਚੈਨਲ ਸਾਡਾ ਜੋ ਇਹ ਲੋਗੋ ਲੱਗਿਆ ਹੋਇਆ ਮੋਫਰ ਵਾਲੇ ਇਹਦੇ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ। ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਇਹੋ ਜਿਹੇ ਚੈਨਲਾਂ ਨੂੰ ਸਪੋਰਟ ਕਰੋ, ਸਬਸਕ੍ਰਾਈਬ ਕਰੋ ਜੋ ਇਹ ਹਾਰਮੋਨੀਅਮ ਸਿਖਾਉਂਦੇ ਨੇ ਕੋਈ ਵੀ ਹੋਵੇ ਉਹ। ਸੋ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਿਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।